ਅੱਜ ਕੱਢਦੇ ਆ ਦੀ ਐਵਰੇਜ, ਦੇਖਦੇ ਆ ਕਿੰਨੀ ਐਵਰੇਜ ਹੁੰਦੀ ਹੈ। ਤੇਲ ਦੇਖ ਕਿੰਨਾ ਹੈਗਾ ਪਹਿਲਾਂ ਵਿੱਚ, ਇਹ ਜਮਾਂ ਮਕਾਉਣਾ ਨਾ ਪਹਿਲਾਂ, ਫਿਰ ਉਸ ਤੋਂ ਬਾਅਦ ਲੀਟਰ ਪਾਉਣਾ ਤੇਲ ਵਿੱਚ, ਅਤੇ ਕਿੰਨੀ ਕੁ ਦੇ ਦਿੰਦੀ ਹੈ ਐਵਰੇਜ ਤੇਰੇ ਹਿਸਾਬ ਨਾਲ? ਪਤਾ ਨਹੀਂ, ਲੀਟਰ ਦਾ ਹੀ ਪਤਾ ਲੱਗੂ। ਤੇਲ ਦਾ ਖਾਓ ਆ ਇਹ ਭੈਣ ਚੋਦ, ਏ ਸੀ ਦੇ ਅੱਜ ਪਤਾ ਲੱਗੂ ਕਿੰਨੀ ਦਿੰਦੀ ਹੈ ਐਵਰੇਜ, ਨਾਲੇ ਹਜ਼ਾਰ ਰੁਪਏ ਪਤਾ ਲੱਗ ਜਾਣਾ ਕਿੰਨਾ ਖਰਚਾ। ਆਲਟੋ ਦੀ ਉਦੋਂ ਬਾਅਦ ਕੱਢਾਂਗੇ ਜਿੱਦਾਂ ਮੈਂ ਲੈ ਕੇ ਆਇਆ ਸ਼ਹਿਰ। ਆ ਫਿਲਮ ਲਾ ਯਾਰ, ਮੈਂ ਕਹਿੰਦਾ ਫਿਲਮ ਬਾਅਦ ਧੁੱਪ ਘੱਟ ਆ, ਚਲੋ ਠੀਕ ਹੈ। ਚਲ ਹੁਣ ਪਹਿਲਾਂ ਪੰਪ ਬੋਤਲਾਂ ਭਰਾ ਕੇ, ਤੇਲ ਵੀ ਪਵਾ ਲੈਂਦਾ ਬੋਤਲਾਂ 'ਚ ਆਪਾਂ ਹੁਣ ਨਾ। ਆਹ ਇੱਕ 'ਚ 100 ਰੁਪਈਏ ਦਾ ਹੈਗਾ, ਇੱਕ 'ਚ 200 ਦਾ, ਜਦੋਂ ਮੁੱਕ ਗਈ ਹੁਣ ਆਪਾਂ ਹਰ ਇੱਕ ਬੋਤਲ ਵਾਲਾ ਪਾਉਣਾ ਹੈਗਾ। ਲੀਟਰ ਲੀਟਰ ਤੋਂ 2 ਪੁਆਇੰਟ ਉੱਤੇ ਆ, ਚਲ ਇੰਨਾ ਕੁਛ ਨਹੀਂ ਹੁੰਦਾ। ਹੁਣ ਮਕਾ ਇਹਨੂੰ ਜਿੰਨਾ ਹੈਗਾ ਸਾਰਾ ਮਗਾਵੇ ਤੋਰ ਕੇ। ਮਾਰਨ ਲੱਗ ਗਏ, ਬੰਦ ਹੋ ਗਈ ਜਮਾਂ ਹੀ ਇੱਥੇ ਆ ਕੇ। ਜਿੰਨਾ ਸੀਗਾ ਵਿੱਚ ਉਹਦੇ ਨਾਲ 30 ਚੱਲ ਗਈ, 30 ਕਿਲੋਮੀਟਰ ਚੱਲ ਗਈ। ਹੁਣ ਇਹ 'ਚ ਪਾਉਂਦੇ ਹਾਂ ਕਿ 1 ਲੀਟਰ ਪੂਰਾ, ਚੱਲ ਪਾ ਇੱਥੇ ਕੱਢ ਲਾ ਪੂਰਾ 1 ਲੀਟਰ ਪਾ ਕੇ, ਹੁਣ ਦੇਖਾਂਗੇ ਕਿੰਨੀ ਚੱਲਦੀ। ਏ ਸੀ ਫੁੱਲ ਅਤੇ ਏ ਸੀ ਸੀ, ਪੈਟਰੋਲ ਗੱਡੀ ਆ, 2008 ਮਾਡਲ ਸਵਿਫਟ LXi। ਕਿਵੇਂ? ਕੋਈ ਨਹੀਂ ਕੋਈ ਨਹੀਂ, ਐਂ ਕੁਛ ਨਹੀਂ ਹੁੰਦਾ, ਚੱਕ ਲਿਆ ਬਸ। ਲੀਟਰ ਜਿਹੜੇ 1-2 ਪੁਆਇੰਟ ਉੱਤੇ ਆ, ਚਲ ਉਹਨਾਂ ਕ ਤਾਂ ਉਦੋਂ ਨਾਲੀਆਂ ਹੀ ਪੈ ਜਾਂਦਾ ਹੁੰਦਾ, ਇੰਨੇ ਦਾ ਕੁਛ ਨਹੀਂ ਹੁੰਦਾ। ਸੂਈ ਜਮਾਂ ਥੱਲੇ ਸੀ, ਫਿਰ ਵੀ 30 ਕਿਲੋਮੀਟਰ ਚੱਲ ਗਈ ਹੈ ਨਾ, ਫੁੱਲ ਤੇ ਏ ਸੀ ਜਮਾਂ। ਹੁਣ ਪਤਾ ਲੱਗ ਜੂਗਾ ਜੀ ਕਿੰਨੀ ਐਵਰੇਜ ਆ ਸਹੀ, ਪਰ ਜੇ ਪਿਆ ਨਹੀਂ ਅਜੇ, ਪੈ ਜਾਂਦੇ ਜਮਾਂ ਪੈ ਜਾਂਦੇ। ਲੀਟਰ ਵੇਖ ਲਾ ਇੱਕ ਵਾਰੀ, ਹੁਣ ਇੱਥੋਂ ਟ੍ਰਿਪ ਆਪਾਂ ਕਰ ਦਾਂਗੇ 0। ਟ੍ਰਿਪ ਕਰਤੀ 0 ਆਪਾਂ, ਹੁਣ ਪਤਾ ਲੱਗੂ ਕਿੰਨਾ ਚੱਲਦੀ ਹੈ 1 ਲੀਟਰ 'ਚ ਨਾ। ਫੁੱਲ ਤੇ ਏ ਸੀ ਹੋਊਗਾ ਜਮਾਂ, ਅਤੇ ਅੱਗੇ ਆਪਾਂ ਗਏ ਹਾਂ 80-90-100 ਤੋਂ ਵੀ ਟੱਪ ਗਈ ਸੀ ਨਾ, ਅਤੇ ਹੁਣ ਆਪਾਂ 80 ਕਿਤੇ ਚੱਲਾਂਗੇ ਆਰਾਮ ਨਾਲ, 70-80 ਤੇ ਬਸ ਏ ਸੀ 'ਤੇ। ਹੁਣ ਆਪਣਾ ਸ਼ੱਕ ਨਿਕਲ ਜਾਓ ਵੀ ਐਵਰੇਜ ਜਮਾਂ ਨਹੀਂ ਦਿੰਦੀ ਕਿ ਦਿੰਦੀ ਹੈ, ਆਪਣਾ ਹੀ ਵਹਿਮ ਆ। ਚੱਲ ਪੈਟਰੋਲ ਗੱਡੀ ਹੈਗੀ, ਬਸ 70-80 ਦੇ ਵਿਚਾਲੇ ਜੇ ਰੱਖੇ। ਮੈਂ ਬਣਾ ਦਿੰਦਾ ਇੱਧਰ ਤੋਂ, ਇੱਧਰ ਸਾਹਮਣੇ ਨਿਗਾਹ ਰੱਖ ਲੈਂਦੇ ਬਸ, ਇੱਥੋਂ ਵਾਈਡ ਐਂਗਲ ਤਾਂ ਇੱਥੇ ਬਣ ਜਾਂਦੀ ਲੈ ਵੀਰੇ। ਲੈ ਵੀ ਕਿੰਨੀ ਚੱਲ ਗਈ, 17 ਕਿਲੋਮੀਟਰ ਚੱਲ ਗਈ 1 ਲੀਟਰ ਨਾਲ ਨਾ। ਹੈ ਨਹੀਂ ਸੀ ਉਮੀਦ, ਆਪਾਂ ਕਿੰਨੀ ਕਹਿੰਦੇ ਸੀਗੇ? 11-12 ਇੰਨੀ ਉਮੀਦ ਹੈ ਨਹੀਂ ਸੀ। 30 ਚੱਲ ਗਈ ਯਾਰ, ਆਪਾਂ ਨਾਲੇ ਕਿੰਨੀਆਂ ਨਹੀਂ 35 ਚੱਲ ਜਾਂਦੀ ਹੈ। ਪਹਿਲਾਂ ਕਿੰਨੀ ਚੱਲ, ਪਹਿਲਾਂ ਵੀ ਬਹੁਤ ਚਲਾਈ ਸੀ ਆਪਾਂ ਰਿਜ਼ਰਵ 'ਚ ਨਾ, ਅਤੇ 17 ਚੱਲ ਗਈ, ਆਪਾਂ 11-12 ਕਹਿੰਦੇ ਸੀਗੇ ਐਵਰੇਜ, ਬਹੁਤ ਦੇ ਗਈ ਵੈਸੇ, ਆਪਣੀ ਉਮੀਦ ਤੋਂ ਵੱਧ ਐਵਰੇਜ ਦੇ ਗਈ ਇਹ ਪੈਟਰੋਲ। ਆਪਾਂ ਤਾਂ ਵੇਚਣ ਨੂੰ ਫਿਰਦੇ ਸੀ ਹੈ ਨਾ, ਹੁਣ ਕੱਢਾਂਗੇ ਕਿਸੇ ਦਿਨ ਆਪਾਂ ਆਲਟੋ ਦੀ ਕੱਢਾਂਗੇ ਐਵਰੇਜ, ਉਹ ਤਾਂ ਵੀ ਆਪਾਂ ਵਹਿਮ ਕੱਢਦਾ, ਉਹ ਵੀ ਦੇ ਦੂਗੇ ਨਾ ਆਰਾਮ ਨਾਲ ਵੱਧ, ਉਹ ਵੀ ਅੱਗੇ ਜਾਊਗੀ, ਦੇਖ ਲਾਂਗੇ। ਚੱਲ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰ ਦਿਓ ਲਾਈਕ। ਇਹੋ ਜਿਹੀਆਂ ਇੰਟਰਸਟਿੰਗ ਵੀਡੀਓ ਅਸੀਂ ਹੋਰ ਪਾਇਆ ਕਰਾਂਗੇ, ਸ਼ੇਅਰ ਵੀ ਕਰ ਦਿਓ ਅੱਗੇ ਕਰਕੇ। ਇੱਕ ਬਾਤ, ਇਸ ਤੋਂ ਬਾਅਦ ਅਸੀਂ ਆਲਟੋ ਦੀ ਕੱਢਾਂਗੇ, ਉਹ ਹੈਗੀ 6 ਮਾਡਲ ਏ ਸੀ ਦੀ ਸਵਿਫਟ 2008 ਮਾਡਲ LXi ਪੈਟਰੋਲ। ਅਸੀਂ ਵੇਚ ਕੇ ਲਿਆਉਣ ਨੂੰ ਫਿਰਦੇ ਸੀ ਡੀਜ਼ਲ, ਵੀ ਇਹ ਐਵਰੇਜ ਨਹੀਂ ਦਿੰਦੀ, ਸਾਡਾ ਸ਼ੱਕ ਇਹਨੇ ਕੱਢਤਾ। ਅੱਜ 17 ਦੀ ਐਵਰੇਜ ਨੇ ਪੂਰੇ ਫੁੱਲ ਏ ਸੀ 'ਤੇ, ਜਮਾਂ ਇਹ ਬਰਫ਼ ਨੂੰ ਠਾਰਦਾ, ਪੱਖਾ 4 'ਤੇ ਸੀਗਾ, ਬਹੁਤ ਐਵਰੇਜ ਦਿੱਤੀ 17। ਹੁਣ ਇਹ 'ਚ ਅਸੀਂ ਪਾਉਂਦੇ ਹਾਂ 2 ਲੀਟਰ ਬੋਤਲ ਦਾ ਤੇਲ,
ਤੇ ਚੱਲਦੇ ਆ ਘਰੇ ਕਿਧਰ ਕੀ ਬੋਤਲ ਹੈ ਪਤਾ ਨਹੀਂ ਇੱਥੇ ਕੋਈ ਹੋ ਸਕਦਾ ਥੱਲੇ ਡਿੱਗ ਪਈ ਹੋਊਗੀ ਚੱਕੀ ਥੱਲੇ ਡਿੱਗੀ ਪਈ ਆ ਚੱਲ ਆ ਚੱਲ ਗਏ ਡੈਡੀ ਚੱਲ ਘਰੇ ਚੱਲ ਗਏ ਹੁਣ ਆਹ ਤੇਲ ਪਾ ਕੇ ਘਰੇ ਚੱਲ ਗਏ ਆਹ ਤੇਲ ਨਾਲ ਬਹੁਤ ਚੱਲ ਜੂਗੀ ਨਾ ਚੱਲ ਪਾ ਹੁਣ ਆਹ ਤੇਲ ਤੇ ਆਪਾਂ ਚੱਲਦੇ ਆ ਘਰੇ ਹੁਣ ਵੇਚਣੀ ਇਹ मैनू कह तू आल्टो वाला ही है ठीक है यार सही दिखी है बहुत वधिया हुण बाहर आके भैन चो किन्ना सेक मार दा ना गर्मी आई जांदी है ਤੇਰੇ ਨਾਲ ਬੋਲਟ ਦੀ ਵੀ ਕੱਢਾਂਗੇ ਆਪਾਂ ਕਿਸੇ ਦਿਨ ਹੈ ਨਾ ਜਿਹਦੇ ਮੁੱਕ ਗਿਆ ਉਹ 'ਚ ਵੀ ਜੇ ਆ ਵੀਡੀਓ 'ਤੇ ਬਹੁਤ ਵਿਊ ਆ ਗਏ ਫਿਰ ਕੱਢਾਂਗੇ ਛੇਤੀ ਉਹਦੀ ਵਿਊ ਤਾਂ ਆਉਂਦੇ ਨਹੀਂ ਹੈ ਨਾ ਕੱਢਾਂਗੇ ਕੱਢ ਕੇ ਉਹ ਸਾਰਾ ਤੇਲ ਹੈ ਇੱਕ ਲੀਟਰ ਪਾ ਲਾਂਗੇ ਕੱਢਾਂਗੇ ਜੀ ਮੁਰਤੀ ਸਵੈਕ ਚੱਲ ਇਹਨੇ ਐਵਰੇਜ ਸਿੱਧੇ ਰੋਡ 'ਤੇ ਦਿੱਤੀ ਹੈ ਨਾ ਸਿਟੀ 'ਚ ਨਹੀਂ ਆਪਾਂ ਕੱਢੀ ਗਈ ਸਿਟੀ 'ਚ ਵੀ ਦੇ ਦੂਗੀ 15-15 ਹੀ ਆਰਾਮ ਨਾਲ ਹੈ ਨਾ ਬਾਲਾ ਫਰਕ ਨਹੀਂ ਪੈਂਦਾ ਹੁੰਦਾ ਗਾ ਥੋੜ੍ਹਾ ਹੀ ਪੈਂਦਾ ਹੁੰਦਾ ਗਾ 1-2 ਕਿਲੋਮੀਟਰ ਦਾ ਐਵੇਂ ਆਪਣਾ ਹੀ ਵਹਿਮ ਸੀਗਾ ਇਹ ਚੱਲ ਸਿੱਧੇ ਰੋਡ 'ਤੇ 80-80 ਅਤੇ 70-80 ਦੇ ਆਏ ਹਾਂ ਆਪਣਾ 70 ਅਤੇ 80 60-70 ਦੇ ਵਿਚਾਲੇ ਆਏ ਹਾਂ 60 ਤੋਂ ਉੱਤੇ 80 ਤੋਂ ਥੱਲੇ 1-2 ਵਾਰੀ ਓਵਰਟੇਕ ਕਰਨ ਲੱਗਾ ਆਪਾਂ 80 ਕਿਤੇ ਚੜ੍ਹਾਈ ਹੈ ਨਾ ਬਹੁਤ ਆ 17 ਦੀ ਸਹੀ ਐਵਰੇਜ ਇੰਨੀ ਕੋਈ ਮਾੜੀ ਨਹੀਂ ਗੀ